ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਅੱਜ ਆਪਾਂ ਚੱਲੇ ਹਾਂ ਬਾਬਾ ਬਕਾਲਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਸਾਹਿਬ ਹੈ ਅਤੇ ਉੱਥੇ ਉੱਥੋਂ ਦਾ ਇਤਿਹਾਸ ਕੀ ਆ ਉਹ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਜੀ ਜਦੋਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪ੍ਰਲੋਕ ਗਮਨ ਕਰਦੇ ਆ ਅਤੇ ਸਾਰੀਆਂ ਸੰਗਤਾਂ ਨੇ ਉਹਨਾਂ ਨੂੰ ਕਿਹਾ ਕਿ ਗੁਰੂ ਜੀ ਹੁਣ ਸਾਨੂੰ ਕਿਸੇ ਦੇ ਲਾੜ ਲਾ ਕੇ ਜਾਓ ਤੁਸੀਂ ਚਲੇ ਚੱਲੇ ਹੋ ਅਤੇ ਸਾਡਾ ਗੁਰੂ ਕੌਣ ਹੋਣਗੇ ਅਤੇ ਫਿਰ ਉਹਨਾਂ ਨੇ ਇੱਕ ਗੱਲ ਕਹੀ ਬਾਬਾ ਕਾਲੇ ਅਤੇ ਫਿਰ ਸਾਰੀ ਸੰਗਤ ਨੂੰ ਇਹ ਹੋ ਗਿਆ ਕਿ ਅਗਲੇ ਗੁਰੂ ਜੀ ਜਿਹੜੇ ਉਹ ਬਾਬੇ ਬਕਾਲੇ ਆ ਅਤੇ ਪਰ ਕਿਸੇ ਨੂੰ ਨਾ ਉਹ ਮਤਲਬ ਲੱਭ ਨਾ ਸਕੇ ਉਹ ਅਤੇ ਫਿਰ ਇੱਥੇ ਮੱਖਣ ਸ਼ਾਹ ਲੁਬਾਣਾ ਜੀ ਨੇ ਜਿਹੜਾ ਵਾ ਉਹ ਆ ਕੇ ਅਤੇ ਉਹਨਾਂ ਨੇ ਗੁਰੂ ਜੀ ਨੂੰ ਪ੍ਰਗਟ ਕੀਤਾ ਹੈ ਜਦੋਂ ਹਰ ਕਿਸੇ ਨੂੰ ਮੋਹਰਾਂ ਚੜ੍ਹਾਈ ਜਾਂਦੇ ਸੀ ਅਤੇ ਕੋਈ ਕਹਿੰਦਾ ਸੀ ਕਿ ਤੇਰਾ ਮਤਲਬ ਸੀਸਾਂ ਦੇਈ ਜਾਂਦੇ ਸੀ ਆਪਣੇ ਆਪ 'ਚ ਅਤੇ ਆਪਣੇ ਆਪ ਨੂੰ ਗੁਰੂ ਕਹਿੰਦੇ ਪਰ ਜਦੋਂ ਗੁਰੂ ਤੇਗ ਬਹਾਦਰ ਜੀ ਕੋਲ ਗਿਆ ਤਾਂ ਉਦੋਂ ਸਾਰੀ ਜਿਹੜੀ ਆ ਉਹ ਕਹਾਣੀ ਸਾਹਮਣੇ ਆਈ ਅਤੇ ਸੋ ਉਹ ਗੁਰਦੁਆਰਾ ਸਾਹਿਬ ਆਏ ਭਾਈ ਮੱਖਣ ਸ਼ਾਹ ਲੁਬਾਣਾ ਜੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਇੱਥੇ ਪ੍ਰਗਟ ਕੀਤਾ ਸੀ ਸੋ ਆਓ ਸੰਗਤ ਜੀ ਆਪਾਂ ਦਰਸ਼ਨ ਕਰੀਏ ਬੜੀ ਸ਼ਰਧਾ ਪਿਆਰ ਨਾਲ।